ਲੁਧਿਆਣਾ ਦੇ SBS ਨਗਰ ਇਲਾਕੇ ਵਿੱਚ ਇੱਕ ਸ਼ਰਾਬ ਦੇ ਅਹਾਤੇ 'ਚ 2 ਗੁੱਟਾਂ ਵਿੱਚ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ਦੌਰਾਨ ਚੱਲੀ ਗੋਲੀ ਨਾਲ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮੋਗਾ ਨਿਵਾਸੀ ਵਰਿੰਦਰ ਆਪਣੇ ਦੋਸਤਾਂ ਨਾਲ ਅਹਾਤੇ ਵਿੱਚ ਬੈਠਾ ਸੀ ਕਿ ਉੱਥੇ ਬੈਠੇ ਹੋਰ ਵਿਅਕਤੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਹੱਥੋਪਾਈ ਹੋ ਗਈ, ਜਿਸ ਦੇ ਚੱਲਦਿਆਂ ਅਚਾਨਕ ਗੋਲੀ ਚੱਲਣ ਨਾਲ ਵਰਿੰਦਰ ਨਾਮਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ, ਤੁਹਾਡਾ ਕੀ ਨਾਮ ਹੈ ਅਤੇ ਜਿਨ੍ਹਾਂ ਦੀ ਗੋਲੀ ਚੱਲੀ ਉਹਨਾਂ ਦਾ ਕੀ ਨਾਮ ਹੈ ਅਤੇ ਤੁਹਾਡੇ ਕੀ ਲੱਗਦੇ ਸੀ? ਮੇਰਾ ਨਾਮ ਸ਼ਕਤੀ ਹੈ ਜੀ ਅਤੇ ਮੇਰੇ ਇਨ-ਲੋਜ਼ ਫੈਮਿਲੀ ਦੇ ਵਿੱਚੋਂ ਹੈਗੇ ਆ। ਸਰ ਕੀ ਗੱਲਬਾਤ ਹੋਈ ਜੀ ਅਤੇ ਕਿਹੜੀ ਜਗ੍ਹਾ ਹੋਈ ਜੀ, ਪੂਰਾ ਮਾਮਲਾ ਕਿੱਥੇ ਪਿਆ ਜੀ? ਭਾਅ ਜੀ ਇਸ ਤਰ੍ਹਾਂ ਜੀ, ਮੁੰਡੇ ਕਿਸੇ ਕੋਲੋਂ ਆਏ ਸੀਗੇ ਪੇਮੈਂਟ ਵਗੈਰਾ ਲੈਣ ਲਈ, ਕਿਸੇ ਯਾਰ ਦੋਸਤ ਦੇ ਨਾਲ ਮੁੰਡਾ ਆਇਆ ਸੀ, ਇਹ ਸਾਡਾ ਜਿਹੜਾ ਬੱਚਾ ਆ, ਅਤੇ ਇਹ ਮਤਲਬ ਇਹਨਾਂ ਨੇ ਕਿਸੇ ਤੋਂ ਪੇਮੈਂਟ, ਉਹਨਾਂ ਨੇ ਕੀ ਗੱਲ ਹੋਈ ਕੀ ਨਹੀਂ, ਇਹ ਵਾਪਸੀ ਜਾ ਰਹੇ ਸੀਗੇ, ਵਾਪਸੀ ਜਾਂਦੇ ਇਹ ਕਿਸੇ ਉੱਤੇ ਮਤਲਬ ਡਰਿੰਕ ਸਟੋਰ 'ਤੇ ਬੈਠੇ ਸੀ ਅਤੇ ਆਪਣਾ ਇੰਜੋਏ ਕਰ ਰਹੇ ਸੀਗੇ। ਇਹਨਾਂ ਦੀ ਕਿਸੇ ਬੰਦੇ ਨਾਲ ਲੜਾਈ ਹੋਈ, ਠੀਕ ਹੈ ਜੀ, ਅਤੇ ਲੜਾਈ ਦੇ ਦੌਰਾਨ ਇਹੀ ਇਹਦੇ ਕੋਲੋਂ ਮਤਲਬ ਗਨ ਸ਼ੋਟ ਚੱਲਿਆ। ਕਿਹੜੀ ਜਗ੍ਹਾ ਦਾ ਵਾਕਿਆ ਇਹ? ਭਾਅ ਜੀ ਆਪਣਾ ਗ੍ਰੈਂਡ ਵਾਕ ਦੇ ਨਾਲ ਅੰਦਰ ਜਿਹੜੀ 200 ਫੁੱਟੀ ਰੋਡ ਜਾਂਦੀ ਆ, ਉੱਥੇ ਕਰਕੇ ਕਿਸੇ ਦਾ ਹੈਗਾ ਜੀ ਇਹ। ਕਿੰਨੀ ਉਮਰ ਹੈ ਜੀ? ਮੁੰਡਾ 23-24 ਸਾਲ ਦਾ ਮੁੰਡਾ ਹੈ ਜੀ, ਅਤੇ ਹੁਣ ਇਹ ਨਹੀਂ ਪਤਾ ਜੀ ਕਿ ਉਹ ਮੁੰਡਿਆਂ ਨੇ ਇਹਨਾਂ 'ਤੇ ਗੋਲੀ ਚਲਾਈ ਆ ਜਾਂ ਇਹਦੇ ਕੋਲੋਂ ਆਪਣੇ ਕੋਲੋਂ ਚੱਲੀ ਆ, ਇਹ ਤਾਂ ਹੁਣ ਪੁਲਿਸ ਤਹਿਕੀਕਾਤ ਕਰੂਗੀ, ਫਿਰ ਪਤਾ ਲੱਗੂਗਾ। ਪੇਮੈਂਟ ਕਿਸੇ ਜਿਹੜਾ ਮੁੰਡਾ ਨਾਲ ਆਇਆ ਸੀਗਾ ਜੀ, ਉਹਨੇ ਕਿਸੇ ਕੋਲੋਂ ਲੈਣੀ ਸੀਗੀ। ਜਿਹੜਾ ਮੁੰਡਾ, ਹਾਂਜੀ, ਸਾਡੇ ਬੱਚੇ ਦੀ ਤਾਂ ਡੈਥ ਹੋ ਗਈ ਜੀ। ਪੁਲਿਸ ਮੌਕੇ 'ਤੇ ਪਹੁੰਚ ਗਈ ਸੀਗੀ ਜੀ, ਸਵੇਰੇ ਉਹਨਾਂ ਨੇ 8:30 ਵਜੇ ਬੁਲਾਇਆ ਜੀ। ਬਾਕੀ ਦੇਖੋ ਹੁਣ ਕੀ ਕਹਿੰਦੇ ਆ ਸਵੇਰੇ, ਜੋ ਵੀ ਹੈਗਾ ਉਹਨਾਂ ਦਾ ਉਹ ਚੀਜ਼ ਹੈ। ਇਹ 200 ਫੁੱਟਾਂ ਰੋਡ ਦੁੱਗਰੀ ਸ਼ਹੀਦ ਭਗਤ ਸਿੰਘ ਦੇ ਨੇੜੇ ਇੱਕ ਹਾਤਾ ਹੈਗਾ ਬਜਾਜ ਵਾਲੇ ਦਾ, ਉੱਥੇ ਮੋਗੇ ਦੇ ਕੁਛ ਮੁੰਡੇ ਰੱਖੜੀ ਦਾ ਤਿਆਰ ਕਰਕੇ ਉੱਥੇ ਬੈਠੇ ਸੀ, ਅੰਦਰ ਪੈਗ ਸ਼ੈਗ ਲਾ ਰਹੇ ਸੀ। ਦੋ ਗਰੁੱਪਾਂ ਦਾ ਆਪਸ 'ਚ ਮਾੜਾ ਤਕਰਾਰ ਹੋਇਆ, ਜਿਹਨਾਂ ਵਿੱਚ ਦੋਨੋਂ ਗਰੁੱਪ ਆਪਸ 'ਚ ਤਕਰਾਰ 'ਤੇ ਲੜਦੇ ਹੋਏ ਰੋਡ 'ਤੇ ਆ ਗਏ। ਉਹਨਾਂ ਵਿੱਚ ਇੱਕ ਮੁੰਡੇ ਨੇ ਲਾਇਸੈਂਸ ਰਿਵੋਲਵਰ ਦੇ ਕੋਲ ਸੀ, ਅਤੇ ਰਿਵੋਲਵਰ ਇੱਕ ਰਿਵੋਲਵਰ ਸੀ, ਇੱਕ ਪਿਸਟਲ ਸੀ, ਅਤੇ ਪਿਸਟਲ ਵਾਲਿਆਂ ਨੇ ਉਹਦੇ ਕੋਲ ਅਚਾਨਕ ਚੱਲ ਗਿਆ, ਜਿਹਦੇ ਮੂੰਹ 'ਤੇ ਗੋਲੀ ਲੱਗੀ ਹੈਗੀ ਆ। ਬਾਕੀ ਅਸੀਂ 74 CRP ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਫਿਰ ਵੀ ਜੇ ਕੋਈ ਨਵੀਂ ਗੱਲ ਸਾਹਮਣੇ ਆਈ ਤਾਂ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਜਿਹੜੇ ਗੋਲੀ ਲੱਗੀ ਆ ਉਹਦਾ ਨਾਮ ਵਰਿੰਦਰ ਸੀ, ਉਹ ਮੋਗੇ ਦਾ ਸੀ, ਮਿਸਤਰੀਆਂ ਦਾ ਮੁੰਡਾ ਸੀ, ਅਤੇ ਉਹਦੀ DMC ਪਹੁੰਚਦੀ ਮੌਤ ਹੋ ਗਈ। ਅਸੀਂ CCTV ਫੁੱਟੇਜ ਚੈੱਕ ਕਰ ਰਹੇ ਹਾਂ, ਕਈ CCTV ਫੁੱਟੇਜ ਦੇ ਵਿੱਚ ਅਸੀਂ ਕਬਜ਼ੇ 'ਚ ਲਵਾਂਗੇ। ਦੋਸ਼ੀਆਂ ਦੇ ਅਸੀਂ ਆਈਡੈਂਟੀਫਾਈ ਕਰਾ ਕੇ ਪਬਲਿਕ ਤੋਂ ਫੋਟੋ ਉਹਨੂੰ ਗ੍ਰਾਫ ਦਿਖਾਵਾਂਗੇ ਅਤੇ ਜਲਦੀ ਦੋਸ਼ੀਆਂ ਗ੍ਰਿਫਤਾਰ ਕਰਾਂਗੇ।